ਸਾਹਿਬ ਬੰਟੀ ਤੇ ਬਬਲੀ ਕਾਬੂ ਚਲ 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 ਝਪਠਾਟ ਦਿਖਾਏ ਔਰ ਬਾਟ ਦਿਖਾਏ ਓਏ ਬਾਟੇ ਪਲ 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 ਪਲਟ ਪਲਟ ਜਬ ਕਮਰ ਘੁਮਾਏ ਔਰ ਹੋਸ਼ ਉਡਾਏ ਓਏ ਬਬਲੇ। ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਵਿਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸ਼ਰਧਾਲੂਆਂ ਦਾ ਸਮਾਨ ਚੋਰੀ ਕਰਨ ਵਾਲੇ ਇਕ ਦੰਪਤੀ ਨੂੰ ਕਾਬੂ ਕੀਤਾ ਗਿਆ ਏ। ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਕੀਤੇ ਗਏ ਦੋ ਮੋਬਾਈਲ ਫੋਨ ਅਤੇ ਨਕਦੀ ਬਰਾਮਦ ਕੀਤੀ ਹੈ। ਥਾਣਾ ਗਲਿਆਰਾ ਦੇ ਮੁਖੀ ਮੁਖਤਿਆਰ ਸਿੰਘ ਨੇ ਦਸਿਆ ਵਿਚ ਆ ਕੇ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਦੇ ਕੱਪੜੇ ਚੁੱਕ ਕੇ ਫਰਾਰ ਹੋ ਜਾਂਦੇ ਸੀ। ਇਨਫੋਰਮੇਸ਼ਨ ਮਿਲੀ ਆ ਵੀ ਇੱਕ ਔਰਤ ਤੇ ਇੱਕ ਆਦਮੀ ਜਿਹੜਾ ਦੋ ਜਣੇ ਆਮ ਗਲਿਆਰੇ ਦੇ ਆਲੇ ਦੁਆਲੇ ਦੇ ਪ੍ਰਕਰਮਾਂ ਦੇ ਦਰਬਾਰ ਸਾਹਿਬ ਤੁਰੇ ਫਿਰਦੇ ਦੇਖਿਆ ਤੇ ਜਿਹੜੇ ਸ਼ਰਧਾਲੂ ਆਉਂਦੇ ਆ ਉਹਨਾਂ ਦੇ ਜਦੋਂ ਇਸ਼ਨਾਨ ਕਰਦੇ ਉਹਨਾਂ ਦੇ ਕੱਪੜੇ ਚੁੱਕ ਕੇ ਲੈ ਜਾਂਦੇ ਆ ਤੇ ਉਹਨਾਂ ਚੋਂ ਕੀਮਤੀ ਸਮਾਨ ਉਹਨਾਂ ਦਾ ਮੋਬਾਈਲ ਵਗੈਰਾ ਨਕਦੀ ਵਗੈਰਾ ਲੈ ਜਾਂਦੇ ਆ ਤੇ ਉਹਨੂੰ ਗਲਿਆਰੇ ਚੋਂ ਜਿਹੜਾ ਕਾਬੂ ਕਰਕੇ ਤੇ ਤਲਾਸ਼ੀ ਕਰਨ ਤੇ ਇਹਨਾਂ ਪਾਸੋਂ ਦੋ ਮੋਬਾਈਲ ਫੋਨ ਜਿਹੜੇ ਨੋਕੀਆ ਫੜੇ ਗਏ। ਇਸ ਜੋੜੇ ਦੀ ਪਹਿਚਾਣ ਧਰਮਪਾਲ ਉਰਫ ਸੋਨੂ ਗੁਰਵੰਤ ਕੌਰ ਵਾਸੀ ਪਿੰਡ ਆਲੋਵਾਲ ਕਸਬਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੇ ਰੂਪ ਵਿਚ ਹੋਈ ਹੈ। ਇਸ ਤੋਂ ਪਹਿਲਾਂ ਵੀ ਸੀਸੀਟੀਵੀ ਦੀ ਮਦਦ ਦੇ ਨਾਲ ਪੁਲਿਸ ਦਰਬਾਰ ਸਾਹਿਬ ਵਿਚੋਂ 40 ਚੋਰਾਂ ਨੂੰ ਫੜ ਚੁੱਕੀ ਹੈ ਅਤੇ ਇਸ ਦੇ ਇਲਾਵਾ ਨਕਲੀ CID ਇੰਸਪੈਕਟਰ ਵੀ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਹੀ ਪੁਲਿਸ ਦੇ ਹੱਥੇ ਚੜਿਆ ਸੀ। ਇਹ ਕੈਮਰੇ ਦਰਬਾਰ ਸਾਹਿਬ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਨਾਲ ਠੱਗੀ ਕਰਨ ਵਾਲਿਆਂ ਦੇ ਖਿਲਾਫ਼ ਪੁਲਿਸ ਲਈ ਇਕ ਵੱਡਾ ਹਥਿਆਰ ਸਾਬਿਤ ਹੋ ਰਹੇ ਨੇ।